ਪਾਪਾ ਕਹਿੰਦੇ ਮੇਰੇ ਪੈਰੀ ਹੱਥ ਲਾਇਆ ਕਰੇ ਜਦੋਂ ਲੰਘ ਕੇ ਜਾਇਆ ਕਰੇ, ਕਹਿੰਦੇ ਸਗੋਂ ਮੈਂ ਇੱਕ ਵਾਰੀ ਕਹਿ ਵੀ ਤਾਂ ਏਡਾ ਵਾ ਔਫਿਸ ਹੋ ਰਿਹਾ ਨੀ ਵੀ ਲੋ ਇੰਨੀ ਲੋੜ ਤਾਂ ਹੈ ਨੀ ਨਾਲ ਘੁੰਮਦੇ ਇਹਨਾਂ ਨੂੰ ਪਤਾ ਉਹਦਾ ਨਾ ਪਤਾ ਹੋਵੇ ਪਤਾ ਨਹੀਂ ਉਹਨਾਂ ਨੂੰ ਲੋਕਾਂ ਨੂੰ ਚੱਕਰਾਂ ਦੇ ਵਿੱਚ ਪਾਉਣ ਵਾਲਾ ਨਕਲੀ ਵਰਦੀਧਾਰੀ ਇਹ ਵਿਅਕਤੀ ਕੋਈ ਪੁਲਿਸ ਮੁਲਾਜ਼ਮ ਨਹੀਂ ਹੈ, ਸਗੋਂ ਇੱਕ ਆਮ ਹੀ ਵਿਅਕਤੀ ਹੈ ਜਿਸ ਨੇ ਪੁਲਿਸ ਦੀ ਵਰਦੀ ਪਾ ਕੇ ਸਭ ਨੂੰ ਚੱਕਰਾਂ ਦੇ ਵਿੱਚ ਪਾਇਆ ਹੋਇਆ ਸੀ। ਅਮਨਦੀਪ ਨਾਮ ਦੇ ਨਕਲੀ ਪੁਲਿਸ ਆਫਿਸਰ ਦੀ ਪੋਲ ਉਦੋਂ ਖੁੱਲ ਗਈ ਜਦੋਂ ਇਹ ਨਿੱਜੀ ਜਿਮ ਦੇ ਵਿੱਚ ਜਾ ਪਹੁੰਚਿਆ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਅਕਤੀ ਨਕਲੀ ਪੁਲਿਸ ਦੀ ਵਰਦੀ ਪਾ ਕੇ ਸਰੇਆਮ ਬੇਫਿਕਰ ਹੋ ਕੇ ਘੁੰਮ ਰਿਹਾ। ਜਿਸ ਦੇ ਹਾਵ ਭਾਵ ਦੇਖ ਕੇ ਜਿਮ ਦੇ ਮਾਲਕ ਨੂੰ ਉਸ ਤੇ ਸ਼ੱਕ ਹੋਇਆ ਤਾਂ ਉਸਨੇ ਇਸ ਦੀ ਸੂਚਨਾ ਸਥਾਨਕ ਥਾਣੇ ਦੇ ਵਿੱਚ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਅਮਨਦੀਪ ਨਾਮ ਦੇ ਇਸ ਵਿਅਕਤੀ ਨੂੰ ਸਨੌਰ ਤੋਂ ਗ੍ਰਿਫਤਾਰ ਕੀਤਾ ਹੈ। ਸਾਨੂੰ ਆਪਣਾ ਯੋਗੇਸ਼ਵਰ ਸਿੰਘ ਨੇ ਆਪਣੇ ਆਕਸੀਜਨ ਦੇ ਮਾਲਕ ਉਹਨਾਂ ਵੱਲੋਂ ਸਾਨੂੰ ਇੱਕ ਕੰਪਲੇਂਟ ਆਈ ਸੀ ਵੀ ਕੋਈ ਲੜਕਾ ਹੈਗਾ ਜਿਹੜਾ ਕਿ ਪੁਲਿਸ ਦੀ ਵਰਦੀ ਪਾ ਕੇ ਉਹਨਾਂ ਦੇ ਜਿਮ ਵਿੱਚ ਆਉਂਦਾ ਅਤੇ ਉਹਨਾਂ ਨੂੰ ਸ਼ੱਕ ਪੈ ਗਿਆ ਸੀ ਉਸ 'ਤੇ ਕਿ ਇਹ ਬੰਦਾ ਪੁਲਿਸ ਮੁਲਾਜ਼ਮ ਨਹੀਂ ਹੈ, ਇਹ ਮਤਲਬ ਫਰੋਡ ਕਰਕੇ ਵਰਦੀ ਪਾਉਂਦਾ ਇਸ ਤਰ੍ਹਾਂ ਦੀ। ਉੱਥੇ ਅਸੀਂ ਮੁਕੱਦਮਾ ਦਰਜ ਕਰ ਲਿਆ ਸੀਗਾ, 172 ਨੰਬਰ ਅਸੀਂ FIR ਪੁਲਿਸ ਸਟੇਸ਼ਨ ਸਿਵਲ ਲਾਈਨ ਦਰਜ ਕੀਤੀ ਹੈ। ਉਸ ਤੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਦੋਸ਼ੀ ਉਹਦਾ ਨਾਮ ਅਮਨਦੀਪ ਸਿੰਘ ਹੈ, ਇਹ ਲਲੀਨੇ ਪਿੰਡ ਦਾ ਰਹਿਣ ਵਾਲਾ, ਉਸਨੂੰ ਅਸੀਂ ਅਰੈਸਟ ਕਰ ਲਿਆ। ਅਸੀਂ ਉੱਥੋਂ ਪੁੱਛਗਿੱਛ ਕਰ ਰਹੇ ਹਾਂ ਵੀ ਉਹਦਾ ਪਰਪਸ ਕੀ ਸੀ ਉਹ ਵਰਦੀ ਪਾਉਣ ਦਾ, ਅਤੇ ਸਾਡੀ ਜਿਵੇਂ ਤਫਤੀਸ਼ ਮੈਂ ਅੱਗੇ ਸਾਹਮਣੇ ਉਹਨੂੰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਐਕਚੁਲੀ ਅਸੀਂ ਪੁੱਛਗਿੱਛ ਕਰ ਰਹੇ ਹਾਂ, ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਅਸੀਂ ਅੱਜ ਉਹਨੂੰ ਕੋਰਟ 'ਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਵੀ ਲਵਾਂਗੇ। ਰਹਿਣ ਵਾਲਾ ਪਿੰਡ ਲਲੀਨਾ ਦਾ ਜੀ, ਰਹਿਣ ਵਾਲਾ ਜੀ, ਹਾਂ ਸਨੌਰ ਦਾ ਰਹਿਣ ਵਾਲਾ, ਸਨੌਰ ਦਾ ਪੁਲਿਸ ਸਟੇਸ਼ਨ ਸਨੌਰ ਪੈਂਦਾ ਜੀ। ਨਹੀਂ ਸਾਥੀ ਨਹੀਂ, ਫਿਲਹਾਲ ਤਾਂ ਸਾਨੂੰ ਇਕੱਲਾ ਹੀ ਮਿਲਿਆ, ਹਾਲੇ ਸਾਥੀਆਂ ਬਾਰੇ ਸਾਨੂੰ ਪਤਾ ਨਹੀਂ ਲੱਗਿਆ, ਫਿਰ ਵੀ ਉਹਦੀ ਇਨਵੈਸਟੀਗੇਟ ਕਰ ਰਹੇ ਹਾਂ। ਜਿਹੜੇ ਜਿਹੜੇ ਬੰਦੇ ਦੇ ਨਾਲ ਇਨਵੋਲਵ ਹੋਣਗੇ ਉਹਨਾਂ ਨੂੰ ਇਸੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਆਪਣੇ ਆਪ ਨੂੰ ਕੀ ਦੱਸਦਾ ਸੀ ਗਈ ਸਾਰਿਆਂ ਨੂੰ? ਜਦੋਂ ਅਸੀਂ ਜਿਹੜੇ ਕੰਪਲੇਂਟ ਨੇ ਉਹ ਤਾਂ ਕਰਦੇ ਨੇ ਵੀ ਪੁਲਿਸ ਦੀ ਵਰਦੀ ਪਾ ਕੇ ਉੱਥੇ ਜਿੰਮ ਵਗੈਰਾ ਆਉਂਦਾ ਸੀ, ਪੁਲਿਸ ਅਫਸਰ ਹੀ ਦੱਸਦਾ ਸੀ ਆਪਣੇ ਆਪ। ਇਹ ਉਹਨਾਂ ਨੂੰ ਸ਼ੱਕ ਪਿਆ ਸੀ, ਜਿਹੜੇ ਜਿੰਮ ਦੇ ਮਾਲਕ ਨੇ ਉਹਨੂੰ ਸ਼ੱਕ ਪਿਆ ਸੀ, ਉਹਨੂੰ ਹਾਵ ਭਾਵ ਤੋਂ ਲੱਗਣ ਲੱਗ ਗਿਆ ਵੀ, ਕਿਉਂਕਿ ਉਹਨਾਂ ਕੋਲ ਹੋਰ ਵੀ ਪੁਲਿਸ ਅਫਸਰ ਕਈ ਆਉਂਦੇ ਨੇ, ਉਹਨੂੰ ਪਤਾ ਲੱਗ ਗਿਆ ਵੀ ਇਹ ਥੋੜ੍ਹਾ ਜਿਹਾ ਸ਼ੱਕ ਜਿਹਾ ਪੈ ਗਿਆ, ਉਹਨਾਂ ਨੇ ਫਿਰ ਸਾਡੇ ਨਾਲ ਆ ਕੇ ਡਿਸਕਸ ਕੀਤਾ, ਫਿਰ ਅਸੀਂ ਉਹਨਾਂ ਦਾ ਰਿਟਰਨ ਸਟੇਟਮੈਂਟ ਲੈ ਕੇ ਪੁੱਛਾ ਦਰਜ ਕਰਤਾ ਸੀ। ਉੱਥੇ ਜਿਵੇਂ ਕੋਈ ਕੁੜੀ ਹੋਵੇ ਉਹਨੂੰ ਤੰਗ ਵਗੈਰਾ ਕਰਦਾ ਸੀ? ਨਹੀਂ, ਅਸੀਂ ਕੋਈ ਉਹਨਾਂ ਨੇ ਸਾਨੂੰ ਸ਼ਿਕਾਇਤ ਨਹੀਂ ਕੀਤੀ ਜਾਂਦਾ। ਕੋਈ ਗੱਡੀ ਵਗੈਰਾ ਇਸ ਕੋਲ ਕਿਹੜੀ ਗੱਡੀ ਸੀਗੀ ਉਹਦੇ ਪੋਸਟ ਸਟਿੱਕਰ ਵਗੈਰਾ ਪੁਲਿਸ ਲਾਈ? ਨਹੀਂ, ਪੁਲਿਸ ਦੇ ਸਟਿੱਕਰ ਨਹੀਂ, ਉਹ ਸ਼ਿਫਟ ਡਿਜ਼ਾਇਰ ਗੱਡੀ ਉਹਦੇ ਤੇ ਸਟਿੱਕਰ ਲੱਗੇ ਹੋਏ ਨੇ, ਉਸ ਨੂੰ ਵੈਰੀਫਾਈ ਕਰ ਰਹੇ ਹਾਂ। ਫਿਲਹਾਲ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵਰਦੀ ਕਿਉਂ ਪਾਈ ਗਈ ਸੀ ਤੇ ਇਸ ਵਰਦੀ ਦਾ ਕਿੱਥੇ ਕਿੱਥੇ ਇਸਤੇਮਾਲ ਕੀਤਾ ਗਿਆ ਤੇ ਕਿੱਥੇ ਇਸ ਦੀ ਗਲਤ ਵਰਤੋਂ ਕੀਤੀ ਗਈ ਹੈ। ਫਿਲਹਾਲ ਇਸ ਪੂਰੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ, D5 ਚੈਨਲ ਪੰਜਾਬੀ।